ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਸੂਬੇ ਦੀਆਂ ਕੁਝ ਨਵੀਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਕੁਝ ਲੇਟੈਸਟ ਨਿਊਜ਼ ਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਜਾਏਗੀ ਜੀ ਪਰ ਉਸ ਤੋਂ ਪਹਿਲਾਂ ਸਭ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਾਲੇ ਤੱਕ ਸਾਡਾ YouTube ਚੈਨਲ ਪੰਜਾਬ ਵੈਦਰ ਟੂਡੇ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਧੱਕ ਕੇ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵਾਲਾ ਬਟਨ ਧੱਕ ਦਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸੋ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਆਪਣੇ ਇਲਾਕੇ ਦੀ ਗਰਾਊਂਡ ਰਿਪੋਰਟ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਦੇ ਦਿਓ ਸਭ ਤੋਂ ਪਹਿਲੀ ਖਬਰ ਆ ਜੀ ਲੋਕਾਂ ਦੇ ਵੱਲੋਂ ਪੁਲਿਸ ਪਾਸੋਂ ਕਰਫਿਊ ਪਾਸ ਜਾਰੀ ਕਰਨ ਦੀ ਮੰਗ ਸੋ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਕਰਫਿਊ ਲਾਗੂ ਕਰਨ ਦੇ ਨਾਲ ਜਿੱਥੇ ਲੋਕ ਆਪਣੇ ਰਿਸ਼ਤੇਦਾਰਾਂ ਕੋਲੇ ਫਸ ਗਏ ਹਨ ਤੇ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਬਲਾਕ ਸੰਪਤੀ ਦਫ਼ਤਰਾਂ ਤੇ ਹੋਰ ਅਧਿਕਾਰੀਆਂ ਲਈ ਕਰਫਿਊ ਪਾਸ ਜਾਰੀ ਕਰਨ ਨੂੰ ਕਿਹਾ ਹੈ ਤਾਂ ਕੋਈ ਦੂਰ ਦੁਰੇਡੇ ਆਪਣੇ ਰਿਸ਼ਤੇਦਾਰਾਂ ਕੋਲੇ ਗਿਆ ਵਿਅਕਤੀ ਆਪਣੇ ਘਰ ਪਹੁੰਚ ਸਕੇ ਤੇ ਇਸ ਤਰ੍ਹਾਂ ਲੋਕ ਵਿਆਹ ਅਤੇ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਕਰਫਿਊ ਪਾਸ ਜਾਰੀ ਕਰਵਾ ਸਕਣ ਸੋ ਅਗਲੀ ਖਬਰ ਹੈ ਜੀ ਪੰਜਾਬ ਚ ਕੋਰੋਨਾ ਟੈਸਟਿੰਗ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸੋ ਪੰਜਾਬ ਦੇ ਵਿੱਚ ਵਾਇਰਸ ਦੀ ਜਾਂਚ ਦੇ ਲਈ ਲੋਕਾਂ ਦਾ ਟੈਸਟ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਹੋ ਰਿਹਾ ਹੈ ਤੇ ਇਸ ਦੇ ਵਿੱਚ ਬਹੁਤ ਹੀ ਸੂਚਜੇ ਢੰਗ ਦੇ ਨਾਲ ਪ੍ਰਭਾਵਿਤ ਲੋਕਾਂ ਦੇ ਸੰਪਰਕ ਚੋਂ ਆਉਣ ਵਾਲਿਆਂ ਦੇ ਟੈਸਟ ਕੀਤੇ ਜਾ ਰਹੇ ਹਨ ਸੋ ਕੌਮੀ ਪੱਧਰ ਤੇ ਟੈਸਟਿੰਗ ਕਿੱਟਾਂ ਤੇ ਟੈਸਟਿੰਗ ਸਹੂਲਤਾਂ ਦੀ ਘਾਟ ਕਾਰਨ ਅਸੀਂ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ پابੰਦ ਹਾਂ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ WhatsApp ਨੂੰ ਲੈ ਕੇ ਸੋ WhatsApp ਨੇ ਹੁਣ ਵੱਡਾ ਬਦਲਾ ਕਰ ਦਿੱਤਾ ਹੈ ਹੁਣ ਸਿਰਫ 15 ਸੈਕਿੰਡ ਦਾ ਹੀ ਤੁਸੀਂ ਲਾ ਸਕੋਗੇ ਸਟੇਟਸ ਲੌਕਡਾਊਨ ਦੇ ਕਾਰਨ ਦੇਸ਼ ਭਰ ਦੇ ਲੋਕ ਆ ਜਿਹੜੇ ਉਹ ਆਪਣੇ ਘਰਾਂ ਤੋਂ ਬਾਹਰ ਤਾਂ ਨਿਕਲ ਨਹੀਂ ਪਾਰਾ ਤੇ ਅਜਿਹੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਜਿਹੜਾ ਕਾਫੀ ਵੱਧ ਗਿਆ ਤੇ ਹਾਲ ਹੀ ਦੇ ਵਿੱਚ ਲਏ ਗਏ ਅੰਕੜਿਆਂ ਮੁਤਾਬਕ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ WhatsApp ਦਾ ਕੀਤਾ ਜਾ ਰਿਹਾ ਹੈ ਲੋਕ ਇੱਕ ਦੂਜੇ ਨੂੰ ਵਾਇਰਸ ਦੇ ਨਾਲ ਜੁੜੀਆਂ ਜਾਣਕਾਰੀਆਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ ਤੇ ਨਾਲ ਹੀ WhatsApp ਸਟੇਟਸ ਤੇ ਵੀ ਵੀਡੀਓ ਦੀ ਕਾਫੀ ਗਿਣਤੀ ਵਧ ਗਈ ਹੈ ਸੋ ਜਿਸ ਦੇ ਮੱਦੇ ਨਜ਼ਰ ਹੋਣ WhatsApp ਨੇ ਨਵੀਂ ਜਾਣਕਾਰੀ ਜਿਹੜੀ ਦਿੱਤੀ ਹੈ ਕਿ ਹੁਣ ਤੁਸੀਂ ਸਿਰਫ 15 ਸੈਕਿੰਡ ਦਾ ਹੀ WhatsApp ਸਟੇਟਸ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਲੰਬੀ ਵੀਡੀਓ ਸਟੇਟਸ ਜਾਂ ਅਪਡੇਟ ਨਹੀਂ ਦੇ ਸਕਦੇ ਸੋ ਇਹ ਫੀਚਰ ਖਾਸ ਤੌਰ ਤੇ ਭਾਰਤੀ ਯੂਜ਼ਰ ਦੇ ਲਈ ਹੀ ਲਿਆ ਜਾ ਰਿਹਾ ਹੈ ਤਾ ਜੋ ਟ੍ਰੈਫਿਕ ਨੂੰ ਥੋੜਾ ਘੱਟ ਕੀਤਾ ਜਾ ਸਕੇ ਸੋ ਉਸ ਤੋਂ ਅਗਲੀ ਖਬਰ ਹੈ ਜੀ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੋ ਵਾਇਰਸ ਦੇ ਕਾਰਨ 21 ਦਿਨਾਂ ਦੇ ਚੱਲ ਰਹੇ ਲਾਕਡਾਊਨ ਦੇ ਕਾਰਨ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਕਿਸਾਨ ਇਸ ਕਰਫਿਊ ਦੇ ਸਮੇਂ ਵਿੱਚ ਵੀ ਦਿਨ ਪਰ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਸਕਣਗੇ ਸੋ ਇਸ ਦੇ ਲਈ ਕਿਸਾਨਾਂ ਨੂੰ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਦੇ ਸਮੇਂ ਦੇ ਵਿੱਚ ਖੇਤਾਂ ਨੂੰ ਜਾਣ ਅਤੇ ਸ਼ਾਮੀ 7 ਤੋਂ 9 ਵਜੇ ਤੱਕ ਘਰ ਆਉਣ ਦੀ ਆਗਿਆ ਦਿੱਤੀ ਗਈ ਹੈ ਤੇ ਬਾਕੀ ਦਿਨ ਉਹੋ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਸਕਦੇ ਹਨ ਸੋ ਜ਼ਿਕਰ ਜੋਗ ਹੈ ਕਿ ਬਾਡੀ ਦਾ ਸੀਜ਼ਨ ਵੀ ਜਿਹੜਾ ਸ਼ੁਰੂ ਹੋਣ ਵਾਲਾ ਹੈ ਤੇ ਜਿਸ ਦੇ ਕਾਰਨ ਕਿਸਾਨਾਂ ਦਾ ਆਪਣੇ ਘਰ ਦੇ ਵਿੱਚ ਰਹਿਣਾ ਖੇਤਾਂ ਨੂੰ ਕੱਲੇ ਛੱਡ ਕੇ ਸੰਭਵ ਨਹੀਂ ਸੀ ਸੋ ਅਗਲੀ ਖਬਰ ਆ ਰਹੀ ਹੈ ਜੀ ਮਹਿਲਾ ਡਾਕਟਰ ਨੂੰ ਖੁਦ ਦੇ ਕਰੋਨਾ ਟੈਸਟ ਲਈ ਕੈਪਟਨ ਨੂੰ ਕਰਨਾ ਪਿਆ ਟਵੀਟ ਤੇ ਅਗਲੀ ਗੱਲ ਆ ਖਬਰ ਆ ਰਹੀ ਹੈ ਜੀ ਪੀਐਮ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਸੋ ਪੀਐਮ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ ਤੇ ਇਹ ਉਹਨਾਂ ਨੇ ਭਾਰਤ ਦੇ ਵਿੱਚ ਵਧ ਰਹੇ ਮਰੀਜ਼ਾਂ ਦੀ ਗਿਣਤੀ 'ਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਜਿਹੜੀ ਉਹ 2200 ਤੋਂ ਵੀ ਪਾਰ ਹੋ ਗਈ ਹੈ ਤੇ ਜਦਕਿ 5 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਸੋ ਇਸ ਦੇ ਸਬੰਧ ਦੇ ਵਿੱਚ ਮੋਦੀ ਕਰਨਗੇ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲ ਸੋ ਅਗਲੀ ਖਬਰ ਹੈ ਜੀ ਕਾਬਲ ਦੇ ਵਿੱਚ ਵੱਸਦੇ ਸਿੱਖਾਂ ਸਬੰਧੀ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਅਪੀਲ ਸੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਬੇਨਤੀ ਕੀਤੀ ਹੈ ਕਿ ਉਹ ਆਫਗਾਨਿਸਤਾਨ ਦੇ ਵੱਸਦੇ ਸਿੱਖਾਂ ਨੂੰ ਸੁਰੱਖਿਆਤ ਦੇ ਠੋਸ ਚੁੱਕੇ ਕਦਮਾਂ ਜਾਣ ਤੇ ਤਾਂ ਇਹ ਤੇ ਇਹਨਾਂ ਦੇ ਤਹਿਤ ਅਫਗਾਨ ਸਰਕਾਰ ਨਾਲ ਤੁਰੰਤ ਗੱਲਬਾਤ ਕਰਕੇ ਭਾਰਤ ਆਉਣ ਦੇ ਇੱਛਕ ਅਫਗਾਨ ਸਿੱਖਾਂ ਨੂੰ ਇੱਥੇ ਪ੍ਰਵਾਸ ਦੇ ਪ੍ਰਬੰਧ ਕੀਤੇ ਜਾਣ ਅਤੇ ਆਪਣੇ ਬਾਦਲ ਨੇ ਆਪਣੇ ਫੇਸਬੁਕ ਪੇਜ ਤੇ ਇੱਕ ਵੀਡੀਓ ਸਾਂਝੀ ਕੀਤੀ ਇਸ ਦੇ ਸਬੰਧ ਦੇ ਵਿੱਚ ਸੋ ਉਸ ਤੋਂ ਬਾਅਦ ਜੇ ਆਪਾਂ ਦੁਨੀਆ ਦੀ ਗੱਲ ਕਰ ਲਈਏ ਤਾਂ ਜੀ ਮਾਮਲਿਆਂ ਦੀ ਜਿਹੜੀ ਗਿਣਤੀ ਆ ਉਹ 6,34,000 ਤੋਂ ਵੀ ਪਾਰ ਹੋ ਚੁੱਕੀ ਹੈ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਦੀ ਰਿਪੋਰਟ ਦੇ ਅਨੁਸਾਰ ਜਿਹੜੀ ਦੇਸ਼ ਭਰ ਦੇ ਵਿੱਚ ਮਾਫ ਕਰਨਾ ਸੰਸਾਰ ਭਰ ਦੇ ਵਿੱਚ ਜਿਹੜੀ ਗਿਣਤੀ ਹੈ 634000 ਤੋਂ ਵੀ ਪਾਰ ਹੋ ਚੁੱਕੀ ਆ ਜਦਕਿ ਮੌਤਾਂ ਦੀ ਗਿਣਤੀ 30000 ਤੋਂ ਵੀ ਵੱਧ ਹੋ ਚੁੱਕੀ ਹੈ ਸੋ ਅਗਲੀ ਖਬਰ ਹੈ ਜੀ ਕਰਫਿਊ ਚੂ ਮੈਡੀਕਲ ਸਹਾਇਤਾ ਨਾ ਮਿਲਣ ਦੇ ਕਾਰਨ ਬਿਮਾਰ ਬਜ਼ੁਰਗ ਦੀ ਮੌਤ ਔਰ ਉਸ ਤੋਂ ਬਾਅਦ ਹੈ ਜੀ ਕੈਪਟਨ ਵੱਲੋਂ ਕੇਂਦਰੀ ਵਿੱਤ ਮੰਤਰੀ ਨੂੰ GST ਮੁਆਵਜ਼ੇ ਦੇ 2088 ਕਰੋੜ ਰੁਪਏ ਦੀ ਰਾਚੀ ਤਰੰਤ ਜਾਰੀ ਕਰਨ ਦੀ ਅਪੀਲ ਸੋ ਦੋਸਤੋ ECG ਪੰਜਾਬ ਸੂਬੇ ਦੇ